ਇਹ ਜੇ ਤਾਂ ਸਿਰਫ ਲੋਕਾਂ ਨੂੰ ਇੱਕ ਉਹਨਾਂ ਨੇ ਲਾਰਾ ਲਾਤਾ ਵਾ ਵੀ ਪਹਿਲੀ ਜੁਲਾਈ ਦੇ ਡਿੱਕੋ ਵੋਟਾਂ ਕਰ ਲਈਆਂ ਐਸੀ ਭਾਈਚਾਰਤ ਨਹੀਂ ਪਾਈਆਂ ਬੀਸੀ ਭਾਈਚਾਰੇ ਦੀ ਨਹੀਂ ਪਾਈਆਂ ਵੋਟਾਂ ਤਾਂ ਜਰਨਲ ਵਰਗ ਨੇ ਵੀ ਪਾਈਆਂ ਮੈਂ ਨਾ ਲਊਂਗਾ ਤੋ ਗੁੱਸਾ ਕਰਨਗੇ ਉਹਨਾਂ ਕਹਿੰਦਾ ਸਾਡਾ ਨਾਲ ਲੈਂਦੇ ਸਕਵੇਰ ਨੂੰ ਫੋਨ ਆ ਜਾਣੇ ਆ ਵੀ ਭਾਈ ਤੂੰ ਸਾਡੇ ਸਾਡੇ ਨਾਲ ਤੇਰੀ ਕੀ ਦੁਸ਼ਮਣੀ ਆ ਪਰ ਜਿਹੜਾ ਬੰਦਾ ਕਹਿੰਦਾ ਭ੍ਰਿਸ਼ਟਾਚਾਰ ਖਤਮ ਹੋ ਗਿਆ ਮੈਂ ਉਹਨੂੰ ਕਹਿੰਨਾ ਮੇਰੇ ਨਾਲ ਬਹਿ ਕੇ ਗੱਲ ਕਰ ਮੇਰੇ ਨਾਲ ਟੇਬਲ ਤੇ ਬਹਿ ਕੇ ਗੱਲ ਕਰੇ ਪੰਜਾਬ ਵਿੱਚ ਲੋਕਾਂ ਨੂੰ ਗਰੰਟੀਆਂ ਦੇਣ ਤੋਂ ਬਾਅਦ ਪੰਜਾਬ ਦੀ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਹਿਲੀ ਗਰੰਟੀ ਬਿਜਲੀ ਦੇ 300 ਯੂਨਿਟ ਪ੍ਰਤੀ ਮਹੀਨਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਸਬੰਧੀ ਸਾਡੇ ਨਾਲ ਗੱਲਬਾਤ ਕਰਨਗੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਿਹਾਤੀ ਦੇ ਵਰਕਿੰਗ ਪ੍ਰਧਾਨ ਹਰਜਿੰਦਰ ਸਿੰਘ ਸੇਖੋ ਮੌਜੂਦ ਹੈ ਗੱਲਬਾਤ ਕਰਦੇ ਆ ਸੇਖੋ ਸਾਹਿਬ ਕਿਸ ਤਰ੍ਹਾਂ ਦੇਖਦੇ ਆ ਆਮ ਆਦਮੀ ਪਾਰਟੀ ਦੇ ਇਸ ਫੈਸਲੇ ਨੂੰ ਜੋ 300 ਯੂਨਿਟ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਹਾਲਾਂਕਿ ਜਰਨਲ ਵਰਗ ਵੱਲੋਂ ਇਸ ਨੂੰ ਲੈ ਕੇ ਨਰਾਸ਼ਾ ਵੀ ਪਾਈ ਜਾ ਰਹੀ ਹੈ ਕਿ ਉਹਨਾਂ ਨੂੰ 300 ਯੂਨਿਟ ਤੋਂ ਬਾਅਦ ਦੇ ਪੈਸੇ ਜਿਹੜੇ ਪੂਰੇ ਭਰਨੇ ਪੈਣਗੇ ਕਿਸ ਤਰ੍ਹਾਂ ਦੇਖਦੇ ਤੁਸੀਂ ਇਸ ਬਿਆਨ ਨੂੰ ਜੋ ਜਰਨਲ ਵਰਗ ਦੇ ਨਾਲ ਇਹਨਾਂ ਨੇ ਨਿਮਤ ਰਹੀ ਮਾਲ ਅਸਲੋਕ ਕੀਤਾ ਠੀਕ ਹੈ ਜੀ ਪਹਿਲਾਂ ਤਾਂ ਜਦੋਂ ਇਹਨਾਂ ਇਲੈਕਸ਼ਨਾਂ ਲੜੀਆਂ ਸੀ ਉਦੋਂ ਕੋਈ ਜਰਨਲ ਵਰਗ ਜਾਂ ਐਸਸੀ ਜਾਂ ਬੀਸੀ ਦਾ ਕੋਈ ਇਹਨਾਂ ਮੁੱਦਾ ਨਹੀਂ ਸੀ ਰੱਖਿਆ ਉਹਲੇ ਤੇ ਸਾਰਿਆਂ ਨੂੰ ਹੀ ਇਹਨਾਂ ਨੇ ਲੋਲੀਪੋਪ ਦਿੱਤੇ ਸੀ ਵੀ ਅਸੀਂ ਤੁਹਾਨੂੰ 300 ਜੂੰਟ ਜਿਹੜਾ ਵਾ ਉਹ ਫ੍ਰੀ ਦੇਵਾਂਗੇ ਔਰ ਫ੍ਰੀ ਇਹਨਾਂ ਕੀਤਾ ਵੀ ਨਹੀਂ ਅਜੇ ਅਜੇ ਪਹਿਲੀ ਜੁਲਾਈ ਨੂੰ ਆ ਇਹ ਜੇ ਤਾਂ ਉਹ ਕੋਈ ਉਹਦਾ ਕੋਈ ਜਸ ਸੈਕਟਰੀ ਨੂੰ ਡਿਪਾਰਟਮੈਂਟ ਨੂੰ ਕੋਈ ਚਿੱਠੀ ਨੋਟੀਫਿਕੇਸ਼ਨ ਜਾਰੀ ਕੀਤਾ ਹੋਵੇ ਕੁਝ ਨਹੀਂ ਹਜੇ ਇਹ ਜੇ ਤਾਂ ਸਿਰਫ ਲੋਕਾਂ ਨੂੰ ਇੱਕ ਉਹਨਾਂ ਨੇ ਹਲਾਰਾ ਲਾਤਾ ਵਾ ਵੀ ਪਹਿਲੀ ਜੁਲਾਈ ਦੀ ਡੀਕੋ ਪਰ ਉਹਦੇ ਵਿੱਚ ਵੀ ਜਿਹੜਾ ਇਹ ਜਨਰਲ ਵਰਗ ਨਾਲ ਬਹੁਤ ਵੱਡਾ ਹੈ ਕਿ ਇਹਨਾਂ ਨੇ ਧੁਖਾ ਲਾ ਲੋ ਜਾਂ ਕਿਵੇਂ ਵੀ ਇਹਨਾਂ ਨੇ ਵਿਤਕਰਾ ਕੀਤਾ ਵਾ ਤੁਸੀਂ ਕਹਿੰਦੇ ਕਿ ਹਜੇ ਐਲਾਨ ਨਹੀਂ ਕੀਤਾ ਹਜੇ ਫ੍ਰੀ ਕੀਤਾ ਨਹੀਂ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਤੇ ਕਮੰਟਰਾਂ ਵਾਲਿਆਂ ਦੇ ਹਿਸਾਬ ਨਾਲ ਲੱਡੂ ਵੀ ਵੰਡਦੇ ਕੀ ਬੱਤੀ ਫ੍ਰੀ ਹੋ ਰਹੀ ਹੈ ਲੱਡੂ ਕੋਜਗਵਾਨ ਦੀ ਜਿਹੜੇ ਅੰਨੇ ਭਗਤ ਹੁੰਦੇ ਆ ਨਾ ਜੀ ਜਾਂ ਭਾਜਪਾ ਚ ਵੀ ਹੈਗੇ ਆ ਉਹ ਉਹ ਕਹੀ ਜਾਂਦੇ ਮੋਦੀ ਜੀ ਭਾਵੇਂ ਜਦੋਂ 15 ਲੱਖ ਦਾ ਐਲਾਨ ਕੀਤਾ ਸੀ ਹਰ ਖਾਤੇ ਚ ਆਊਗਾ ਨਹੀਂ ਆਇਆ ਪਰ ਉਹ ਲੱਡੂ ਵੰਡੀ ਵੰਡੀ ਗਿਆ ਅਜ ਤੱਕ ਇਸੇ ਤਰ੍ਹਾਂ ਇੱਥੇ ਵੀ ਹੋ ਹੈਗੇ ਆ ਉਹਨਾਂ ਨੂੰ ਭਰਾਵਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਦੱਸੋ ਇਹ ਪਹਿਲਾ ਜਿਹੜੀ ਗਰੰਟੀ ਦਿੱਤੀ ਸੀ ਉਹ ਸਹੀ ਸਹੀ ਉਹਦੇ ਮੁਤਾਬਕ ਹੀ ਹੋਈ ਆ ਕਿ ਉਹਦੇ ਚ ਫਰਕ ਆ ਵੋਟਾਂ ਕੱਲੀਆਂ ਐਸੀ ਭਾਈਚਾਰਤ ਨਹੀਂ ਪਾਈਆਂ ਬੀਸੀ ਭਾਈਚਾਰਤ ਨਹੀਂ ਪਾਈਆਂ ਉਹ ਵੋਟਾਂ ਤਾਂ ਜਰਨਲ ਵਰਗ ਨੇ ਵੀ ਪਾਈਆਂ ਫਿਰ ਜਰਨਲ ਵਰਗ ਨੂੰ ਕਿਉਂ ਤੋਂ ਖਾ ਕੀਤਾ ਗਿਆ ਪਰ ਜਿਹੜੇ ਸੋਸ਼ਲ ਮੀਡੀਆ ਪ੍ਰਧਾਨ ਲੋਕ ਹੈ ਨਾ ਉਹ ਕਹਿੰਦੇ ਆ ਕਿ ਪਹਿਲੇ ਐਸਸੀ ਤੇ ਬੀਸੀ ਨੂੰ ਹੀ ਮਿਲਦਾ ਸੀ ਅਗਰ ਹੁਣ ਜਰਨਲ ਵਰਗ ਨੂੰ ਕੁਝ ਮਿਲਣ ਲੱਗਾ ਤੇ ਫਿਰ ਹੁਣ ਚੀਕ ਕਿਹੜੀ ਗੱਲ ਦੀ ਹੈ ਵੇਖੋ ਜੀ ਮੈਂ ਇਹ ਗੱਲ ਕਰਨੀ ਚਾਹੁੰਦਾ ਵਾਂ ਬਾਬਾ ਸਾਹਿਬ ਡਾਕਟਰ ਭੀਮਰਾਓ ਬੇਦਕਰ ਨੇ ਇਹ ਜੋ ਸੰਵਿਧਾਨ ਲਿਖਿਆ ਸੀ ਨਾ ਉਸ ਸਮੇਂ ਦੇ ਮੁਤਾਬਕ ਬਹੁਤ ਸੋਹਣਾ ਹੈ ਪਰ ਅੱਜ ਸਮਾਜ ਚੇਂਜ ਹੋ ਗਿਆ ਇਹਨੂੰ ਇਹਦੇ 'ਚ ਵੀ ਇਸ ਸੰਵਿਧਾਨ ਨੂੰ ਵੀ ਹੁਣ ਸੁਧਾਰ ਕਰਨਾ ਚਾਹੀਦਾ ਇਹਦੇ ਵਿੱਚ ਕਈ ਜਰਨਲ ਕਟਾਗੀ ਦੇ ਵਿੱਚ ਇਹੋ ਜੇ ਸਾਡੇ ਭਰਾ ਹੈ ਜਿਨ੍ਹਾਂ ਦੀ 1 ਏਕੜ ਜ਼ਮੀਨ ਹੈ ਕਈਆਂ ਦੀ 1 ਏਕੜ ਵੀ ਹੈ ਨੀਗੀ ਔਰ ਉਹ ਜਿਹੜੇ ਐਸਸੀ ਭਾਈਚਾਰੇ ਦੇ ਵਿੱਚ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਆਚਰ 5-5 ਲੱਖ ਤਨਖਾਹਾਂ ਆਉਂਦੀਆਂ ਉਹ 4-5 ਤਨਖਾਹਾਂ ਲੱਖ ਤਨਖਾਹਾਂ ਲੈ ਕੇ ਵੀ ਸਹੂਲਤਾਂ ਲੈ ਰਹੇ ਆ ਤੇ ਜਿਹੜੇ ਜ਼ਿਮੀਦਾਰ ਪਿੰਡਾਂ ਦੇ ਵਿੱਚ ਜਰਨਲ ਕਟਾ ਨਾਲ ਸੰਬੰਧਤ ਹੈ ਉਹ ਵਿਚਾਰਿਆਂ ਨੂੰ ਰੋਟੀ ਨਸੀਬ ਵੀ ਹੋਣੀ ਔਖੀ ਆ ਇਹ ਤਾਂ ਹੋਣਾ ਚਾਹੀਦਾ ਵਾ ਲੋਕਾਂ ਦੇ ਇਨਕਮ ਦੇ ਹਿਸਾਬ ਨਾਲ ਉਹਨਾਂ ਨੂੰ ਕਾਨੂੰਨ ਨੂੰ ਪਾਸ ਕਰਨਾ ਚਾਹੀਦਾ ਵਾ ਇਹਨੂੰ ਕੋਈ ਤਬਦੀਲੀ ਦੀ ਹੋਣੀ ਚਾਹੀਦੀ ਆ ਜਿਹੜੇ ਐਸਸੀ ਭਾਈਚਾਰੇ ਦੇ ਵਿੱਚ ਇਹ ਸਹੂਲਤਾਂ ਲੈਣ ਦੇ ਹੱਕਦਾਰ ਹੁੰਦਾ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦਾ ਜਿਹੜੇ ਬੀਸੀ ਭਾਈਚਾਰੇ ਦੇ ਵਿੱਚ ਇਹ ਸਹੂਲਤਾਂ ਦੇ ਹੱਕਦਾਰ ਉਹਨਾਂ ਨੂੰ ਦਿੱਤੀਆਂ ਕੋਈ ਨਾਮ ਲੈ ਕੇ ਉਦਾਹਰਨ ਦੇ ਸਕਦੇ ਜੇ ਚੰਗੇ ਚਿਹਰਿਆਂ ਦੀ ਨਾਂ ਕੀ ਲੈਣਾ ਸਭ ਦੁਨੀਆ ਜਾਣਦੀ ਹੈ ਜੀ ਨਾਂ ਕੀ ਲੈਣਾ ਵਾ ਮਸਲਾ ਇਹ ਆ ਵੀ ਇਹ ਚੰਗੇ ਚਿਹਰੇ ਹੋਣ ਕਿਹਦਾ ਵੀ ਲਵਾਂ ਕੋਈ ਗੁੱਸਾ ਕਰੂਗਾ ਹੈਗੇ ਆ ਠੀਕ ਹੈ ਨਾ ਜੀ ਕਈ ਉਹਨਾਂ ਰਿਟਾਇਰਮੈਂਟ ਹੋ ਗਏ ਅਫਸਰ ਗਾੜੀ ਉਹ ਲੀਡਰਸ਼ਿਪ ਚ ਵੀ ਆਏ ਆ ਠੀਕ ਹੈ ਜੀ ਤੇ ਉਹ ਸਹੂਲਤਾਂ ਲੈਣਦੇ ਅਫਸਰ ਕਈ ਹੈਗੇ ਆ ਉਹ ਦਫਤਰਾ ਚ ਤੁਹਾਨੂੰ ਵੀ ਪਤਾ ਹੀ ਹੈ ਮੈਂ ਨਾ ਲਵਾਂਗਾ ਤਾਂ ਗੁੱਸਾ ਕਰਨਗੇ ਹਾਂ ਹਾਂ ਉਹਨਾਂ ਕਹਿੰਦਾ ਸਾਡਾ ਨਾਂ ਲੈਣ ਦਾ ਸੁਖਵੀਰ ਨੂੰ ਫੋਨ ਆ ਜਾਣੇ ਆ ਵੀ ਭਾਈ ਤੂੰ ਸਾਡੇ ਸਾਡੇ ਨਾਲ ਤੇਰੀ ਕੀ ਦੁਸ਼ਮਣੀ ਆ ਪਰ ਸਮਝ ਨਾਲੇ ਸਮਝ ਜਾਂਦੇ ਆ ਸਾਰਿਆਂ ਨੂੰ ਪਤਾ ਵਾ ਵੀ ਜਿਹੜੇ ਅੱਜ ਅਫਸਰ ਬੈਠੇ ਆ ਸੀਟਾਂ ਦੇ ਉੱਤੇ ਔਰ ਉਹ ਐਸੀ ਸ਼ਡਿਊਲ ਕਾਸਟ ਭਾਈਚਾਰਨਾ ਸਬੰਧਤ ਆ گا ਉਹਨਾਂ ਦੇ ਬੱਚੇ ਚੰਗੀਆਂ ਨੌਕਰੀਆਂ ਕਰਨ ਦੇ ਆ ਚੰਗੇ ਪਲੇਟਫਾਰਮ ਤੇ ਖੜੇ ਆ ਔਰ ਵਧੀਆ ਗੱਲ ਆ ਉਹਨਾਂ ਨੂੰ ਮੈਂ ਤੇ ਇਹ ਉਹ ਕਹਿੰਦਾ ਕਿ ਉਹਨਾਂ ਨੂੰ ਜਦੋਂ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਵਾ ਤੋਂ ਆਪਣੇ ਆਪ ਇਹਨਾਂ ਸਹੂਲਤਾਂ ਨੂੰ ਕਿਹ ਦਿਨ ਵੀ ਨਹੀਂ ਸਾਨੂੰ ਜਰੂਰ ਤੇ ਸਾਨੂੰ ਵਾਇਗਰੂ ਨੇ ਬੜਾ ਕੁਝ ਦਿੱਤਾ ਵਾ ਅਸੀਂ ਇਹ ਸਹੂਲਤਾਂ ਨਹੀਂ ਲੈਣੀਆਂ ਕੋਕੋ ਆਪਣੀ ਉਹ ਸੋਚ ਨੂੰ ਉੱਚਾ ਕਰਨ ਜਿਹੜਾ ਹੱਕ ਤਾਂ ਉਹ ਜਿਹੜਾ ਗਰੀਬ ਜਨਰਲ ਕੈਟਾਗਰੀ ਦਾ ਬੰਦਾ ਆ ਜਿਨ੍ਹਾਂ ਨੂੰ ਰੋਟੀ ਨਸੀਬ ਨਹੀਂ ਹੁੰਦੀ ਸੋਚਦੇ ਸਵੇਰੇ ਕੀ ਕੰਮ ਕਰਨਾ ਜ਼ਮੀਨਾਂ ਵੀ ਨਹੀਂ ਗਿਆ ਮੈਂ ਕਹੀ ਤੁਹਾਨੂੰ ਉਹ ਦਿਖਾ ਦੇਣਾ ਐਸੀ ਕੈਟਾਗਰੀ ਦੇ ਜਿਹੜੇ ਇਹ ਬੰਦੇ ਮੈਂ ਨਹੀਂ ਪਰ ਜਿਹੜੇ ਜਰਨਲ ਕੈਟਾਗਰੀ ਦੇ ਵਿੱਚ ਵਿਚਾਰੇ ਡਾਊਨ ਬੈਠੇ ਆ ਜਿਨ੍ਹਾਂ ਨੂੰ ਰੋਟੀ ਨਹੀਂ ਰਸੀਬ ਨਹੀਂ ਹੁੰਦੀ ਮੈਂ ਉਹ ਤੁਹਾਨੂੰ ਘਰ ਵਿਖਾ ਦੇਣਾ ਤੁਸੀਂ ਆਪ ਵੇਖ ਲਓ ਵੀ ਉਹ ਉਹ ਹੱਕਦਾਰਕ ਨਹੀਂ ਇਹਨਾਂ ਚੀਜ਼ਾਂ ਤੇ ਸਹੂਲਤਾਂ ਜਰਨਲ ਦੇ ਉਹ ਕੈਟਾਗਰੀ ਦੇ ਹਿਸਾਬ ਨਾਲ ਨਹੀਂ ਕੀਆ ਉਹ ਜਰਨਲ ਸਹੂਲਤਾਂ ਚਾਹੀਦੀਆਂ ਵਾ ਪਰ ਸਵਾਲ ਸੇਖੋ ਸਾਹਿਬ ਇੱਥੇ ਇਹ ਵੀ ਖੜਾ ਹੁੰਦਾ ਲੋਕ ਕਹਿੰਦੇ ਜਦੋਂ ਗਰੰਟੀ ਦਿੱਤੀ ਸੀ ਉਦੋਂ ਇਸ ਚੀਜ਼ ਦਾ ਐਲਾਨ ਨਹੀਂ ਸੀ ਕੀਤਾ ਗਿਆ ਕਿ ਜਰਨਲ ਵਰਗ ਨੂੰ ਵੱਖਰਾ ਮਿਲੇਗਾ ਤੇ ਐਸੀ ਵਰਗ ਨੂੰ ਵੱਖਰੀ ਜਿਹੜੀ ਆ ਅਦਾਇਗੀ ਕਰਨੀ ਪਵੇ ਨਹੀਂ ਉਹੀ ਤਾਂ ਉਦੋਂ ਤਾਂ ਸਾਰਿਆਂ ਨੂੰ ਬਰਾਬਰ ਕਿਹਾ ਇਹਨਾਂ ਸਦਾ ਚਰਨਜੀਤ ਸਿੰਘ ਚੰਨੀ ਨੇ ਕੀਤਾ ਸੀ ਨਾ ਜੇ ਉਹਦੀ ਰੀਸ ਕਰਨ ਲੱਗੇ ਸੀ ਤੇ ਪੂਰੀ ਕਰਦੇ ਜੇ ਰੀਸ ਕਰਨੀ ਸੀ ਨਾ ਜੀ ਤੇ ਪੂਰੀ ਕਰਦੇ ਉਹਨਾਂ ਨੇ ਜਦੋਂ ਵੀ ਇਹ ਦਿੱਲੀ ਨਾਲ ਹੋਏ ਐਗਰੀਮੈਂਟ ਕੈਨਸਲ ਕੀਤੇ ਆ ਤੇ 3 ਰੁਪਏ ਪ੍ਰਤੀ ਜੂੰਟ ਕਿਸੇ ਜਾਤ ਪਾਤ ਦੇ ਹਿਸਾਬ ਨਾਲ ਨਹੀਂ ਸਾਰਿਆਂ ਨੂੰ ਹੀ ਕੀ ਦਿੱਤੇ ਆ ਹਰ ਹਰ ਬੰਦੇ ਨੂੰ ਜਰਨਲ ਕੈਟਾਗਰੀ ਦਾ ਐਸਸੀ ਕਟਾ ਗਈ ਦਾ ਜਾਂ ਬੀਸੀ ਦਾ ਹੀ ਜਾਂ ਕਿਸੇ ਵੀ ਵਰਗ ਦਾ ਸੀ ਉਹ 3 ਰੁਪਏ ਜੂੰਟ ਸਾਰਿਆਂ ਨੂੰ ਫਲੈਟ ਰੇਟ ਦਿੱਤਾ ਗਿਆ ਸੀ ਉਹਨਾਂ ਨੇ ਜੀ ਜੇ ਉਹਦੀ ਰੀਸ ਕਰਦੇ ਸੀ ਤੇ ਫਿਰ ਉਹਦੇ ਹਿਸਾਬ ਨਾਲ ਕਰਦੇ ਇਹ ਗਾਰੰਟੀ ਦਿੱਤੀ ਸੀ ਪਰ ਗਾਰੰਟੀ ਦੇ ਪੂਰੇ ਨਹੀਂ ਉਤਰੇ ਕੀ ਲੱਗਦਾ 1 ਜੁਲਾਈ ਨੂੰ ਜਿਹੜੀ ਇਹ ਗਾਰੰਟੀ ਪੂਰੀ ਹੋਵੇਗੀ ਫ੍ਰੀ ਮਿਲੇਗੀ ਨਹੀਂ ਬਿਲਕੁਲ ਨਹੀਂ ਜੀ ਲੱਗਦਾ ਜਦ ਤੱਕ ਹੁੰਦਾ ਨਹੀਂ ਜਦ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਇਹ ਜੇ ਲਾਰੇ ਆ ਲਾਰੇਆਂ ਚ ਲੋਕਾਂ ਨੂੰ ਰੱਖਣਾ ਹਿਮਾਚਲ ਦੀ ਇਲੈਕਸ਼ਨ ਕੱਢਣੀਆਂ ਗੁਜਰਾਤ ਦੀ ਇਲੈਕਸ਼ਨ ਕੱਢਣੀਆਂ ਬਸ ਉਹ ਇਹੀ ਲਾਰੇ ਜਿਹੜੇ ਆ ਇਹ ਉੱਥੇ ਜਾ ਕੇ ਬੋਲਣਗੇ ਤਾਂ ਉਹ ਬਸ ਉਹ ਵੋਟਾਂ ਦੇ ਮਟੋੜਨ ਦੀ ਉਹਨਾਂ ਲੋਕਾਂ ਨੂੰ ਜਿੱਤ ਤਰ੍ਹਾਂ ਸਾਡੇ ਲੋਥ ੱਗੇ ਮਹਿਸੂਸ ਕਰਦੇ ਆ ਉਵੇਂ ਉਹ ਠੱਗੇ ਮਹਿਸੂਸ ਕਰਨਗੇ ਬਾਅਦ ਚ ਜੀ ਜੀ ਬਹੁਤ ਸਾਰੇ ਲੋਕ ਕਹਿੰਦੇ ਕਿ ਸਾਨੂੰ ਟੀਵੀ ਦੇਖ ਕੇ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਦਸਾਂ ਦਿਨਾਂ ਚ ਜਿਹੜਾ ਭ੍ਰਿਸ਼ਟਾਚਾਰ ਖਤਮ ਹੋ ਗਿਆ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਚ ਜਾ ਕੇ ਬਿਆਨ ਦਿੱਤਾ ਹੈ ਕਿਸ ਤਰ੍ਹਾਂ ਦੇਖਦੇ ਉਸ ਬਿਆਨ ਹਸੇ ਵਾਲੀ ਗੱਲ ਹੈ ਜੀ ਇਹਦੇ ਵਿੱਚ ਤਾਂ ਕੋਈ ਵੀ ਨਹੀਂ ਕਹਿ ਸਕਦੇ ਭ੍ਰਿਸ਼ਟਾਚਾਰ ਖ ਮੈਂ ਪਹਿਲਾਂ ਵੀ ਗਿਆ ਮੈਂ ਜਿਹੜਾ ਜਿਹੜਾ ਬੰਦਾ ਕਹਿੰਦਾ ਭ੍ਰਿਸ਼ਟਾਚਾਰ ਖਤਮ ਹੋ ਗਿਆ ਮੈਂ ਉਹਨੂੰ ਕਹਿੰਦਾ ਮੇਰੇ ਨਾਲ ਬੈ ਕੇ ਗੱਲ ਕਰ ਮੇਰੇ ਨਾਲ ਟੇਬਲ ਤੇ ਬੈ ਕੇ ਗੱਲ ਕਰੇ ਆ ਸਾਡੇ ਟਾਰੀ ਹਲਕੇ ਚ ਵੀਡੀਓ ਲਵਾਤੀ ਆ ਇੱਕ ਨੰਬਰ ਦੀ ਬ੍ਰਿਸ਼ਟ ਅਫਸਰ ਆ ਪੁੱਤ ਤਸੜ ਮੈਨੂੰ ਵੀ ਇਹ ਸਹੀ ਆ ਉਹਦੇ ਤੇ ਕਿੰਨੇ ਕੇਸ ਹਾਈ ਕੋਰਟ ਚੱਲਦੇ ਆ ਉਹਦੇ ਡਿਟੇਲ ਕੱਢਣ ਠੀਕ ਹੈ ਜੀ ਆ ਸਾਡੇ ਪਿੰਡ ਦਾ ਇੱਕ ਸਾਂਘੜੇ ਪਿੰਡ ਦੇ ਇੱਕ ਬਰਿੰਦਰ ਕੌਰ ਸਰਪੰਚ ਆ 10 ਲੱਖ ਰੁਪਈਆ ਸ਼ਮਸ਼ਾਨ ਘਾਟ ਤੇ ਗਿਆ ਉਹ ਵੀਡੀਓ ਨੂੰ ਉੱਥੇ ਆ ਜਾਣਾ ਕੋਈ ਸੀਨੀਅਰ ਅਫਸਰ ਹੋਣ ਮੈਂ ਵੀ ਉੱਥੇ ਹੋਣਾ ਦਸਨ ਵੀ ਉਥੇ ਲੱਗਾ ਵਾ 1 ਰੁਪਿਆ ਨਹੀਂ ਲੱਗਾ ਸਮਸ਼ਾਨ ਘੜ ਤੇ ਉਹ ਖਾ ਉਹ ਖਾ ਗਿਆ ਉਹਨੂੰ ਉਹ ਨੀੜਨ ਕਲੀਨ ਉਹਨੂੰ ਕਹਿੰਦੀ ਕਿ ਬੜੀ ਵਧੀਆ ਸਰਪੰਚ ਜੀ ਜੀ ਪਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਆਣ ਤੇ ਬਦਲਾਵ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਕਹਿੰਦੇ ਪਾਣੀ ਵੀ 200 ਰੁਪਏ ਦੀ ਬੋਤਲ ਵਿਕਦਾ ਪਿਆ ਹੁਣ ਤੇ ਬਦਲਾਅ ਆਇਆ ਇਦੋਂ ਵੱਡਾ ਕਿਹੜਾ ਬਦਲਾਅ ਹੋਣਾ ਕਿ 20 ਰੁਪਏ ਵਾਲੀ ਬੋਤਲ 200 ਰੁਪਏ ਚ ਵੇਖ ਰਹੀ ਆ ਤੇ ਵੇਚ ਕੌਣ ਰਿਹਾ ਇਹਨਾਂ ਰਾਜ ਸਭਾ ਮੈਂਬਰ ਸ਼ੋਕ ਮਿੱਤਲ ਜੀ ਉਹਨਾਂ ਦਾ ਪ੍ਰੋਗਰਾਮ ਜਲੰਧਰ ਦੇ ਵਿੱਚ ਹੋ ਰਿਹਾ ਉਹੀ ਪ੍ਰੋਗਰਾਮ ਕਰਾ ਰਹੇ ਆ ਤੇ ਪਾਣੀ ਦੀ ਬੋਤਲ 200 ਰੁਪਏ ਦੀ ਵੇਚ ਰਹੇ ਆ ਤੇ ਐਦੋ ਵੱਡਾ ਕਿਹੜਾ ਬਦਲਾ ਆਉਣਾ ਵੀ ਜਿਹੜਾ ਆਮ ਆਦਮੀ ਤੱਕ ਨਾ ਪਹੁੰਚੂ ਹੁਣ ਆਮ ਆਦਮੀ ਨਾਲੇ ਤਾਂ ਪਾਣੀ ਦੇ ਉਹਨਾਂ ਨੂੰ ਇੱਕ ਉਹ ਸਿਰਿੰਜ ਚਾਹੀਦੀ ਆ ਥੋੜਾ ਥੋੜਾ ਲਾ ਲਿਆ ਕਰਨ ਕਿਉਂਕਿ ਪਾਣੀ ਬੜਾ ਆਮ ਆਦਮੀ ਨੂੰ ਵਧੀਆ ਤੇ ਫ੍ਰੀ ਸਸਤਾ ਮਿਲਣ ਲੱਗਾ ਤੇ ਐਦੋ ਵੱਡਾ ਕਿਹੜਾ ਬਦਲਾ ਆਉਣਾ ਠੀਕ ਹੈ ਜੀ ਕ੍ਰੈਪਸ਼ਨ ਤਾਂ ਉਹ ਪੂਰੀ ਹੋ ਰਹੀ ਆ ਕੋਈ ਵੀ ਕਿਸੇ ਮੁੱਦੇ ਤੇ ਚੱਲ ਜਾ ਕੋਈ ਬਦਲਾ ਨਹੀਂ ਹੋਇਆ ਉਵੇਂ ਦਾ ਉਵੇਂ ਹੀ ਆ ਇਹ ਜਰੂਰ ਥੋੜੇ ਜਿਹ ਦਫ਼ਤਰਾਂ 'ਚ ਅਫਸਰ ਬੈਣ ਲੱਗ ਪਿਆ ਪਰ ਉਦੋਂ ਵੱਧ ਲੋਕ ਤੰਗ ਵੀ ਹੋ ਗਏ ਕਿ ਅਫਸਰਾਂ ਦੇ ਵਿੱਚ ਪੂਰਾ ਮਿਲਿਆ ਨਹੀਂ ਜਾ ਰਿਹਾ ਜੀ ਜੀ ਤਾਂ ਦੂਜੇ ਪਾਸੇ ਗੱਲ ਕਰੀਏ ਤਾਂ ਹੁਣ ਫੇਰ ਭਗਵੰਤ ਸਿੰਘ ਮਾਨ ਹੋਣਾਂ ਦਾ ਇੱਕ ਬਿਆਨ ਆਇਆ ਕਿ ਜਿੰਨਾ ਪੰਜਾਬ ਦੇ ਉੱਤੇ ਕਰਜ਼ਾ ਹੈ 3 ਲੱਖ ਕਰੋੜ ਦੇ ਸਮਥਿੰਗ ਜੋ ਵੀ ਕਰਜ਼ਾ ਹੈ ਉਸ ਕਰਜ਼ੇ ਦੀ ਜਾਂਚ ਹੋਏਗੀ ਕਿ ਉਹ ਪੈਸਾ ਪੰਜਾਬ ਦੇ ਲੋਕਾਂ ਦਾ ਹੈ ਕਿੱਥੇ ਵਰਤਿਆ ਗਿਆ ਅਗਰ ਗਲਤ ਤਰੀਕੇ ਨਾਲ ਵਰਤਿਆ ਗਿਆ ਤੇ ਜਿੰਨਾ ਲੀਡਰਾਂ ਵੱਲੋਂ ਵਰਤਿਆ ਗਿਆ ਤਾਂ ਉਹਨਾਂ ਕੋ ਪੈਸਾ ਲਿੱਤਾ ਜਾਏਗਾ ਕਿਸ ਤਰ੍ਹਾਂ ਦੇਖਦੇ ਇਸ ਬਿਆਨ ਨੂੰ ਕੀ ਲੱਗਦਾ ਹੈ ਕਿ ਅਸੰਭਵ ਹੋ ਪਾਏਗਾ ਕਿਉਂਕਿ ਬੜਾ ਲੰਬੇ ਸਮੇਂ ਤੋਂ ਜਿਹੜਾ ਕਰਜ਼ਾ ਹੈ ਪੰਜਾਬ ਦੇ ਸਿਰ ਤੇ ਚੱਲਦਾ ਆ ਰਿਹਾ ਹੈ ਬਹੁਤ ਵਧੀਆ ਗੱਲ ਆ ਜੇ ਤਾਂ ਉਹ ਇਹਨੂੰ ਪੂਰਾ ਕਰਨ ਤੇ ਜੇ ਪਹਿਲਾਂ ਉਹ ਇੱਕ ਵਿਧਾਇਕ ਦੀ ਇੱਕ ਪੈਨਸ਼ਨ ਵਾਲੀ ਗੱਲ ਆ ਉਹਦੇ ਤੇ ਉਹਨਾਂ ਕਰਤਾ ਉਹਨਾਂ ਦੇ ਭਗਤਾ ਲੱਡੂ ਵੰਡ ਤੇ ਤਾਂ ਉਹ ਕੁਝ ਵੀ ਨਹੀਂ ਹੋਵੇਂਦਾ ਉਵੇਂ ਹੀ ਆ ਪਰ ਲੋਕਾਂ ਨੂੰ ਉਹਨਾਂ ਬੇਕੂਜੂ ਬਣਾਤਾ ਮੈਂ ਕਹਿੰਦਾ ਵੀ ਕੰਮ ਉਹ ਕਰੋ ਕਹੋ ਜਿਹੜਾ ਪੂਰਾ ਕਰਕੇ ਵਿਖਾਉਣਾ ਜੇ ਤਾਂ ਉਹਨਾਂ ਇੱਕ ਵਿਧਾਇਕ ਦੀ ਇੱਕ ਪੈਨਸ਼ਨ ਕੀਤੀ ਆ ਤੇ ਫਿਰ ਇਹ ਵੀ ਮੰਨ ਲਾਂਗੇ ਵੀ 3 ਲੱਖਾਂ ਦਾ ਜਿਹੜਾ ਜਿਹੜਾ ਕਰੋੜ ਕਰਜ਼ਾ ਆ ਜਿਹਦਾ ਉਹਦਾ ਦੁਰਵਰਤੋਂ ਹੋਈ ਆ ਤੇ ਦੁਰਵਰਤੋਂ ਕਰਨ ਵਾਲੇ ਲੀਡਰ ਕਿਸੇ ਵੀ ਪਾਰਟੀ ਦਾ ਸੰਬੰਧਤ ਹੋਵੇ ਤੂੰ ਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਇਹ ਮਿਲ ਦੇਣ ਨਾ ਸਜ਼ਾ ਸਜ਼ਾ ਦੇਣ ਕਰਕੇ ਵਿਖਾਉਣਾ ਨਹੀਂ ਅਸੀਂ ਮੈਂ ਵੀ ਉਹਨੂੰ ਠੀਕ ਕਹੂੰਗਾ ਜੀ ਜੀ ਕੀ ਲੱਗਦਾ ਹੋ ਸਕਦਾ ਅਗਰ ਸੱਚੇ ਮਨ ਨਾਲ ਕਰਨ ਤੇ ਵੇਖੋ ਸੱਚੇ ਮਨ ਨਾਲ ਮੈਂ ਤਾਂ ਕਹਿੰਦਾ ਵੀ ਕਰਨਾ देखो ਅਸੀਂ ਸਲੰਘਾ ਕਰਾਂਗੇ ਚੰਗੇ ਕੰਮ ਦੀ ਜੀ ਜੀ ਠੀਕ ਹੈ ਨਾ ਜੀ ਜੇ ਇਹਨਾਂ ਨੇ ਕੋਈ ਚੰਗਾ ਕੰਮ ਨਸ਼ਿਆਂ ਤੇ ਗੱਲ ਤੇ ਅਨਮੋਹ ਰਤਨ ਸਿੱਧੂ ਜੀ ਬੋਲੇ ਸੀ ਵੀ ਅਸੀਂ ਮੈਂ ਹੀ ਬੰਦ ਕਰਨ ਵਾਸਤੇ ਤੁਰਨਾ ਅਸੀਂ ਉਹਨੂੰ ਉਹਦੀ ਸਲੰਘਾ ਕੀਤੀ ਸੀ ਬਹੁਤ ਵਧੀਆ ਕਦਮ ਆ ਪਰ ਚੁੱਕਣ ਕੰਮ ਕਰਨ ਕਹਿ ਦਿੰਦੇ ਆ ਕਹਿਣਾ ਤੇ ਕਰਨ 'ਚ ਬਹੁਤ ਫਰਕ ਆ ਇਹ ਕਹਿ ਦਿੰਦੇ ਕਰਦੇ ਨਹੀਂ ਇਹਦੇ ਜੀ ਹੁਣ ਅਗਰ ਤੁਹਾਡੀ ਕਾਂਗਰਸ ਦੀ ਗੱਲ ਕਰ ਰਹੀ ਹੈ ਤੇ ਕਾਂਗਰਸ ਦਾ ਜਿਹੜਾ ਆਪਸੀ ਕਲੇਸ਼ ਉਹ ਖਤਮ ਹੋ ਗਿਆ ਕਿ ਨਹੀਂ ਹਜੇ ਬਿਲਕੁਲ ਨਾ ਖਤਮ ਹੀ ਆ ਜੀ ਸਾਰੇ ਲੀਡਰ ਜਿਹੜੇ ਆ ਉਹ ਪਬਲਿਕ ਦੇ ਵਿੱਚ ਵਿਚਰ ਰਹੇ ਆ ਪਰ ਲੱਗ ਨਹੀਂ ਰਿਹਾ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਰਾਜਾ ਵੜਿੰਗ ਖੁਣਾ ਨੂੰ ਮਿਲਣ ਨਹੀਂ ਪਹੁੰਚੇ ਨਵੇਂ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਬਣੇ ਦੂਜੇ ਪਾਸੇ ਸੁਨੀਲ ਜਾਖੜ ਦੀਆਂ ਕਾਂਗਰਸ ਛੱਡਣ ਦੀਆਂ ਗੱਲਾਂ ਸਾਹਮਣੇ ਆਣ ਲੱਗ ਪੀਆਂ ਫਿਰ ਤੋਂ ਵੇਖੋ ਜੀ ਜਿਹੜਾ ਸੁਨੀਲ ਜਾਖੜ ਜੀ ਦੀ ਗੱਲ ਹੈ ਨਾ ਉੱਤੇ ਮੈਂ ਕੁਝ ਨਹੀਂ ਕਹਿ ਸਕਦਾ ਕਿ ਉਹ ਸੀਨੀਅਰ ਲੀਡਰ ਉਹਨਾਂ ਦੀ ਕੀ ਸੋਚ ਹੈ ਉਹ ਛੱਡਣੀ ਚਾਹੁੰਦੇ ਠੀਕ ਹੈ ਜੀ ਪਰ ਨਵਜੋਤ ਸਿੱਧੂ ਜੀ ਵੀ ਉਸ ਦਿਨ ਪਾਰਟੀ ਕੰਮ ਤੇ ਅੰਬਸਰ ਡਿਸਟ੍ਰਿਕਟ ਤੋਂ ਬਾਹਰ ਸੀ ਜਦੋਂ ਰਾਜਾ ਵਿਰਿੰਗ ਜੀ ਅੰਬਸਰ ਆਏ ਆ ਬਾਕੀ ਰਾਜਾ ਵਿਰਿੰਗ ਜੀ ਉਹਨਾਂ ਨਾਲ ਜਦੋਂ ਇਹ ਸਿੱਧੂ ਜੀ ਪ੍ਰਧਾਨ ਬਣੇ ਸੀ ਉਹ ਪੂਰਾ ਨਾਲ ਇੱਕ ਤਣਕੇ ਚੱਲੇ ਸੀ ਅੱਜ ਉਹ ਵੀ ਨਾਲ ਚੱਲਣਗੇ ਉਹ ਰਾਜਾ ਜੀ ਸਾਰਿਆਂ ਦੇ ਘਰਾਂ 'ਚ ਹੋ ਕੇ ਗਏ ਆ ਛੋਟੇ ਤੋਂ ਵੱਡੇ ਲੀਡਰ ਦੇ ਘਰ ਦੇ ਵਿੱਚ ਹੋ ਕੇ ਗਏ ਆ ਔਰ ਇੱਕ ਜੁੜਤਾ ਦੇ ਵਿੱਚ ਪਾਰਟੀ ਨੂੰ ਨਾਲ ਲੈ ਕੇ ਚੱਲ ਰਹੇ ਆ ਔਰ ਪਾਰਟੀ ਅੱਗੇ ਨਾਲੋਂ ਪਾਰਟੀ 'ਚ ਜਾਣ ਵੀ ਪਈ ਆ ਤੇ ਲੋਕਾਂ ਦੇ ਵਰਕਰਾਂ ਦੇ ਵਿੱਚ ਉਹ ਵੋਟਰਾਂ ਦੇ ਵਿੱਚ ਉਹ ਛੋਟੇ ਮੋਟੇ ਲੀਡਰਾਂ ਦੇ ਵਿੱਚ ਸਾਰਿਆਂ 'ਚ ਬੜਾ ਅਤਿਸ਼ਾਅ ਆ ਬਹੁਤ ਬਹੁਤ ਧੰਨਵਾਦ ਤਾਂ ਇਹ ਸੀ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਵਰਕਿੰਗ ਪ੍ਰਧਾਨ ਹਰਜਿੰਦਰ ਸਿੰਘ ਸੇਖੋ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਕਿ 300 ਯੂਨਿਟ ਪ੍ਰਤੀ ਮਹੀਨਾ ਫ੍ਰੀ ਹੋਣ ਵਾਲਿਆ ਓਨੀ ਦੇਰ ਤੱਕ ਨਰਿੰਦਰ ਮੋਦੀ ਦੇ ਜੁਮਲੇ ਵਾਂਗ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਦਾ ਇਹ ਵੀ ਜੁਮਲਾ ਹੀ ਨਜ਼ਰ ਆ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਗੁਜਰਾਤ ਤੇ ਹਿਮਾਚਲ ਦੇ ਇਲੈਕਸ਼ਨ ਜਿੱਤਣ ਨੂੰ ਲੈ ਕੇ ਜਿਹੜਾ ਇਹਨਾਂ ਵੱਲੋਂ ਐਲਾਨ ਕੀਤੇ ਜਾ ਰਹੇ ਆ ਜਿੰਨੀ ਦੇਰ ਤੱਕ ਨੋਟੀਫਿਕੇਸ਼ਨ ਨਹੀਂ ਹੁੰਦਾ ਓਨਿੰਦੇਰ ਤ ਹਲਾਣਾ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜੋ ਆਪ ਸਰਕਾਰ ਕਹਿੰਦੀ ਸੀ ਕਿ ਸਰਕਾਰ ਬਣਨ ਤੇ ਉਹ ਬਦਲਾਵ ਕਰਨਗੇ ਬਦਲਾਵ ਉਹਨਾਂ ਨੇ ਜ਼ਰੂਰ ਦੇਖਿਆ ਕਿ ਐਲਪੀਯੂ ਦੇ ਵਿੱਚ ਇੱਕ ਪਾਣੀ ਦੀ ਬੋਤਲ 200 ਰੁਪਏ ਪ੍ਰਤੀ ਲੀਟਰ ਵਿਕੀ ਹੈ ਇਸ ਤੋਂ ਵੱਡਾ ਬਦਲਾਵ ਹੋਰ ਨਹੀਂ ਹੋ ਸਕਦਾ ਇਸ ਦੇ ਨਾਲ ਹੀ ਆਖਰ ਵਿੱਚ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਜੋ ਆਪੋ ਕਲੇਸ਼ ਚੱਲ ਰਿਹਾ ਸੀ ਉਹ ਕਲੇਸ਼ ਹੁਣ ਕਿਤਨ ਅੱਗੇ ਤੇ ਖਤਮ ਹੁੰਦਾ ਵੀ ਨਜ਼ਰ ਆ ਰਿਹਾ ਹੈ ਕੈਮਰਾਮੈਨ प्रदीप ਦੇ ਨਾਲ ਮੁਕੇਸ਼ ਮਹਿਰਾ ਵਿਜ਼ਨ ਪੰਜਾਬ ਟੀਵੀ ਅੰਮ੍ਰਿਤਸਰ ਅਟਾਰੀ